ਬੋਲੇ ਸੁਣ ਰਹੇ ਬਾਬਾ ਸਰਾਜ ਮਹਾਰਾਜ ਕੀ ਜੈ। ਗੁਰੂ ਪਿਆਰੀ ਸਤਸੰਗ ਜੀਓ, ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਦਾ 641ਵਾਂ ਪ੍ਰਕਾਸ਼ ਦਿਹਾੜਾ ਜੋ ਕਿ 31 ਜਨਵਰੀ ਨੂੰ ਆ ਰਿਹਾ, ਔਰ ਉਹਦੀਆਂ ਵੀ ਸਮੁੱਚੀ ਦੁਨੀਆਂ ਨੂੰ ਲੱਖ ਲੱਖ ਵਧਾਈਆਂ ਦਾਸ ਵੱਲੋਂ, ਡੇਰੇ ਵੱਲੋਂ। ਔਰ ਜੋ ਕਿ ਆਪਾਂ ਡੇਰਾ ਬਾਬਾ ਹੰਸਰਾਜ ਜੀ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਜੋ ਕਿ ਮਨਾਇਆ ਜਾਂਦਾ, ਜਿੱਥੇ ਕਿ ਗੁਰੂ ਰਵਿਦਾਸ ਤੀਰਥ ਸਥਾਨ ਸਤਖੰਡ ਪੰਡਵਾ ਬਣਿਆ ਹੋਇਆ ਹੈ, 16 ਫਰਵਰੀ ਨੂੰ 5 ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 17 ਨੂੰ ਰਾਤ ਦੇ ਦੀਵਾਨ, 18 ਜਿੱਥੇ ਐਤਵਾਰ ਭੋਗ ਪਾਏ ਜਾਣਗੇ। ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕਰ ਬੇਨਤੀ ਹੈ, ਗੁਰੂ ਰਵਿਦਾਸ ਮਾਤਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਖੁਸ਼ੀ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਲਾਹੀ ਬਾਣੀ ਦੇ ਜਾਪ ਆਰੰਭ ਹੋਣੇ ਹਨ। ਸੰਤ ਸਮਾਜ, ਸਮੁੱਚੀ ਸੰਗਤਾਂ ਦਰਸ਼ਨ ਦੀ ਕਿਰਪਾਲਤਾ ਕਰਨਗੀਆਂ। ਸੋ ਡੇਰੇ ਵੱਲੋਂ ਸਭ ਨੂੰ ਵਧਾਈਆਂ, ਜੋ ਕਿ ਅੱਜ ਇਹ ਬਾਬਾ ਹੰਸਰਾਜ ਆਗਮਨ ਦਿਵਸ 'ਤੇ 15 ਅਖੰਡ ਪਾਠ ਦੇ ਭੋਗ ਪਾਏ ਗਏ, 15 ਅੱਜ ਆਰੰਭ ਹੋ ਰਹੇ ਹੈ ਅਤੇ 18 ਜੋ ਕਿ 21 ਜਨਵਰੀ ਨੂੰ ਭੋਗ ਪਾਏ ਜਾਣੇ ਹਨ। ਜੈ ਕਰਦੇ, ਧੰਨ ਕਰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੇ ਸੱਜੇ ਪਾਸੇ ਸਾਡੇ ਮੇਰੇ ਵੱਡੇ ਵੀਰ ਸਰਦਾਰ ਤਰਲੋਚਨ ਸਿੰਘ ਜੀ ਆਸਟ੍ਰੇਲੀਆ ਇਸ ਨਗਰ ਦੇ, ਜਿਨ੍ਹਾਂ ਦਾ ਬੜਾ ਸਹਿਯੋਗ ਹੈ। ਮੇਰੇ ਖੱਬੇ ਪਾਸੇ ਸਰਦਾਰ ਪੰਮਾ ਸਿੰਘ ਬੁੱਟਰ, ਜਿਨ੍ਹਾਂ ਨੇ ਜਿੰਦ ਜਾਂਦੀ ਬਾਬਾ ਜੀ ਦਰਬਾਰ 'ਤੇ ਖੇਡੀ ਹੋਈ ਹੈ। ਉਸ ਤੋਂ ਅੱਗੇ ਬਹਾਦਰ ਸਿੰਘ ਜੀ, ਜੋ ਕਿ ਜਿੱਥੇ ਕਿ ਪਟਨਾ ਸਾਹਿਬ ਤੋਂ ਮਿਸਤਰੀ ਸਾਹਿਬਨ ਬਾਬਾ ਜੀ ਦੇ ਗੁਰਦੁਆਰੇ ਦੇਖ ਰੇਖ ਸੇਵਾ ਕਰਦੇ ਨੇ, ਉੱਥੇ ਬਹਾਦਰ ਸਿੰਘ ਜੀ ਵੀ ਸੇਵਾ ਟੈਲ ਦੀ ਕਰਦੇ ਹਨ। ਸੋ ਮੈਂ ਧੰਨਵਾਦੀ ਹਾਂ, ਵੀਡੀਓ ਸਾਹਿਬ ਦਾ ਵੀ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।